ਸ਼੍ਰੀਕਾਲ ਜੀ ਸਾਰਿਆਂ ਨੂੰ। ਅੱਜ ਮੈਂ ਬੇਸਣ ਦੇ ਲੱਡੂ ਬਣਾਉਣ ਲੱਗੀ ਹਾਂ। ਲੱਡੂ ਬਣਾਉਣ ਵਾਸਤੇ ਮੈਂ ਬੇਸਣ ਲਿਆ ਇੱਕ ਕੌਲੀ ਖੰਡ ਲਈ ਆ, ਬੂਰਾ ਖੰਡ ਆ, ਅਤੇ ਡਰਾਈ ਫਰੂਟ ਲਏ ਆ, ਘੇ ਲਿਆ ਆ। ਹੁਣ ਆਪਾਂ ਇਹਨੂੰ ਬਣਾਉਂਦੇ ਹਾਂ। ਹੁਣ ਆਪਾਂ ਨੂੰ ਗਰਮ ਕਰਨਾ ਚਾਹੀਦਾ। ਆਪਾਂ ਜਿੰਨਾ ਬੇਸਣ ਲੈਣਾ ਆ ਉੱਨੀ ਆਪਾਂ ਖੰਡ ਲੈਣੀ ਆ। ਜੇ ਮਤਲਬ ਕੋਈ ਮਿੱਠਾ ਘੱਟ ਖਾਂਦਾ, ਕੋਈ ਵੱਧ ਖਾਂਦਾ, ਜਿਹੜੇ ਘੱਟ ਖਾਣੇ ਫਿਰ ਘੱਟ ਖੰਡ ਪਾ ਲਵੇ, ਪਰ ਘੇ ਵੀ ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ। ਆਪਾਂ ਇਹਦੇ ਵਿੱਚ ਘੇ ਜ਼ਿਆਦਾ ਨਹੀਂ ਪਾਉਣਾ ਹੈਗਾ ਅਤੇ ਇਹਨੂੰ ਬਹੁਤ ਗੈਸ ਸਿਮ 'ਤੇ ਆਪਾਂ ਇਹਨੂੰ ਬਣਾਉਣਾ ਹੈ, ਕਿਉਂਕਿ ਇਹ ਜਦੋਂ ਭੁੱਜ ਗਿਆ ਬੇਸਣ 'ਤੇ ਫਿਰ ਇਹਨੇ ਘੇ ਛੱਡਣਾ ਵਾ। ਅਤੇ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਭੁੱਜੀ ਜਾਣਾ, ਉਸ ਤਰ੍ਹਾਂ ਥੋੜ੍ਹਾ ਹੋ ਜਾਣਾ। ਹੁਣ ਆਪਾਂ ਇਹਦੇ ਵਿੱਚ ਪਹਿਲਾਂ ਡਰਾਈ ਫਰੂਟ ਪਾਉਂਦੇ ਹਾਂ। ਹੁਣ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਪਾਣੀ ਪਾਵਾਂਗੇ। ਹੁਣ ਆਪਾਂ ਗੈਸ ਬੰਦ ਕਰ ਦਾਂਗੇ।
ਹੁਣ ਆਪਾਂ ਇਹਨੂੰ ਠੰਡਾ ਹੋਣ ਦਿੰਦੇ ਹਾਂ। ਜਦੋਂ ਠੰਡਾ ਹੋ ਜੂਗਾ, ਮਤਲਬ ਹੱਥ ਲੱਗਦਾ ਹੋਵੇ, ਫਿਰ ਆਪਾਂ ਇਹਦੇ ਵਿੱਚ ਖੰਡ ਰਲਾਵਾਂਗੇ। ਹੁਣ ਆਪਾਂ ਇਹਨੂੰ ਠੰਡਾ ਹੋਣ ਦਿੰਦੇ ਹਾਂ 5-7 ਮਿੰਟ। ਬੇਸਣ ਆਪਣਾ ਹੁਣ ਠੰਡਾ ਹੋ ਗਿਆ ਹੈ, ਹੁਣ ਆਪਾਂ ਇਹਦੇ ਵਿੱਚ ਖੰਡ ਰਲਾਉਂਦੇ ਹਾਂ। ਇਸ ਤਰ੍ਹਾਂ ਇਹਨੂੰ ਆਪਾਂ ਖੰਡ ਨੂੰ ਰਲਾਉਣਾ ਹੈ। ਛੋਟੇ ਪਾਸੇ ਨੂੰ ਚੱਕ ਕੱਟੀ ਆਪਣੇ ਲੱਡੂ ਹੁਣ ਬਣ ਕੇ ਤਿਆਰ ਆ। ਹੁਣ ਆਪਾਂ ਟੇਸਟ ਕਰਕੇ ਦੇਖਦੇ ਹਾਂ।